स्वागत है किसान वीरों तुहाडा यूट्यूब चैनल सिदक डेयरी फार्मिंग दे विच। अज दी वीडियो एक बार फिर पिंड सिखवाला तहसील मलोट जिला श्री मुक्तसर साहब दी है। इस वीडियो दे विच बाई जी होरां दे शौक नाल रखे हुए पशु भी दिखाऊंगा, नाल एक बुरी मज बाई जी होरां ने सेल करनी है वह भी आपां कवर करांगे। आओ बाई जी होरां नाल आपां गलबात करिए। ਸਤਿ ਸ਼੍ਰੀ ਅਕਾਲ। ਬਾਈ ਜੀ, ਇਹ ਜਿਹੜੇ ਆਪਾਂ ਵੀਡੀਓ ਚ ਹੁਣ ਪਸ਼ੂ ਕਵਰ ਕਰਨੇ ਆ, ਇਹ ਕਿਹੜੇ ਬਾਈ ਜੀ ਹੋਰਾਂ ਦੇ ਕੀ ਨਾਮ ਉਹਨਾਂ ਦਾ? ਇਹ ਮੇਰੇ ਵੱਡੇ ਭਰਾ ਦੇ ਆ ਜੀ। ਅੱਛਾ, ਕੀ ਨਾਮ ਉਹਨਾਂ ਦਾ? ਬਲਜੀਤ ਸਿੰਘ ਜੀ। ਬਲਜੀਤ ਸਿੰਘ, ਤੇ ਬੁਰੀ ਮੱਝ ਕਹਿੰਦੇ ਸੂਆ ਸੁਣੀ ਹੈ ਵੀਰੇ? ਇਹਨੇ ਤੀਜਾ ਸੂਆ ਸੁਣਾ ਜੀ। ਕਿੰਨਾ ਚਿਰ ਇਹਦਾ ਬਾਕੀ ਹੈ? ਇੱਕ ਮਹੀਨਾ ਬਾਕੀ ਹੈ ਜੀ। ਇੱਕ ਮਹੀਨਾ ਬਾਕੀ ਹੈ, ਹਜੇ ਇਹ ਡਰਾਈ ਹੈ ਹਨਾ? 10 ਦਿਨ ਜੀ। ਠੀਕ ਹੈ, ਤੇ ਅੱਗੇ ਇਹ ਆਪਾਂ ਸੇਲ ਕਰਨ ਦਾ ਇਰਾਦਾ ਕੀਤਾ? ਸੇਲ ਕਰਨ ਜੀ। ਠੀਕ ਹੈ, ਜਾਨੀ ਜੇ ਕੋਈ ਗਾਹਕ ਹੁਣ ਖਰੀਦਣੀ ਚਾਹੁੰਦਾ ਤਾਂ ਹੁਣ ਵੀ ਖਰੀਦ ਸਕਦਾ, ਨਹੀਂ ਫਿਰ ਤਿਆਰ ਹੋਈ ਵੇਚਾਂਗੇ ਆਪਾਂ। ਠੀਕ ਹੈ, ਕਿੰਨਾ ਕੁ ਦਾ ਦੁੱਧ ਰਿਹਾ ਵੀਰੇ ਪਿਛਲੀ ਵਾਰ? 16 ਲੀਟਰ ਹੈ ਜੀ। 16 ਲੀਟਰ ਪਿਛਲੇ ਸੂਏ ਨੇ ਦਿੱਤਾ ਦੁੱਧ ਹਨਾ? ਠੀਕ ਹੈ, ਤੇ ਅਗਲੀ ਜਿਹੜੀ ਝੋਟੀ ਹੈ ਵੀਰ ਜੀ, ਇਹ ਬਾਈ ਜੀ ਪਹਿਲੇ ਸੂਏ ਸੂਈ ਹੈ ਜੀ। ਐਤਕੀ ਪਹਿਲੇ ਸੂਏ ਸੂਈ ਹੈ, ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਨੂੰ 20 ਦਿਨ ਹੋ ਜਾਣੇ ਜੀ। 20 ਦਿਨ ਹੋ ਗਏ ਜਾਂ ਹੁਣ ਧਾਰ ਤਾਂ ਇਹਦੀ ਕੱਢੀ ਵੀ ਹੈ ਨਾ? ਹਾਂਜੀ, ਧਾਰ ਕੱਢੀ ਵੀ ਹੈ ਜੀ। ਠੀਕ ਹੈ, ਕਿਸਾਨ ਵੀਰੋ, ਟਾਈਮ ਜਿਹੜਾ ਲਗਭਗ 6 ਵਜੇ ਦੇ ਆਸ-ਪਾਸ ਹੈ ਤਾਂ ਧਾਰ ਜਿਹੜੀ ਆ ਉਹ ਪਸ਼ੂਆਂ ਦੀ ਨਿਕਲ ਗਈ ਹੈ। ਤੇ ਇਹਦਾ ਦੁੱਧ ਵੀਰ ਜੀ ਪਹਿਲਾਂ ਨੇ ਕਿੰਨਾ ਦਿੱਤਾ ਐਤਕੀ? ਇਹਦਾ 14 ਲੀਟਰ ਹੁਣ ਤਿਆਰ ਹੈ ਜੀ। 14 ਲੀਟਰ ਤਿਆਰ ਹੈ, ਇਹ ਤਾਂ ਘਰੇ ਰੱਖੀ ਹੈ ਸ਼ੌਂਕ ਵਜੋਂ? ਘਰੇ ਰੱਖੀ ਹੈ। ਠੀਕ ਹੈ, ਇਹ ਅਸੀਂ ਕੁੰਗੜ ਤੋਂ ਲੈ ਕੇ ਆਏ ਸੀਗੇ। ਅੱਛਾ, ਇਹ ਵੀ ਹਰਿਆਣੇ ਚੋਂ ਕੁੰਗੜ ਪਿੰਡ ਤੋਂ ਲੈ ਕੇ ਆਂਦੀ ਹੈ? ਸੰਜੀਤ ਜੀ, ਇਹ ਲੈ ਕੇ ਆਏ ਸੀਗੇ। ਠੀਕ ਹੈ ਬਾਈ ਜੀ, ਤੇ ਆ ਜਿਹੜੀ ਅਗਲੀ ਝੋਟੀ ਹੈ ਵੀਰ ਜੀ, ਇਹ ਬਾਈ ਸਾਡੇ ਘਰ ਦੀ ਹੈ ਜੀ। ਇਹ ਘਰ ਦੀ ਆਪਣੀ? ਠੀਕ ਹੈ, ਇਹ ਹੁਣ ਗੱਭਣ? ਨਹੀਂ ਗੱਭਣ ਨਹੀਂ, ਇਹ ਦੋ ਵਾਰੀ ਬਣਵਾਈ ਸੀ ਪਰ ਰਹੀ ਨਹੀਂ। ਅੱਛਾ, ਤੇ ਇਹਦੀ ਉਮਰ ਕਿੰਨੀ ਹੋ ਗਈ? ਉਮਰ 2 ਸਾਲ ਹੀ ਹੈ ਇਹਦੀ। 2 ਸਾਲ ਹੀ ਹੈ ਜਾਨੀ? ਠੀਕ ਹੈ ਵੀਰ ਜੀ। ਕਿਸਾਨ ਵੀਰੋ, ਇਹ ਜਿਹੜੀ ਪਹਿਲਾਂ ਝੋਟੀ ਦਿਖਾਈ ਹੈ ਤੁਹਾਨੂੰ, ਉਹਦਾ ਬੱਚਾ ਹੈ, ਮੇਲ ਘਾਫ ਕੱਟਾ ਦਿੱਤਾ ਹੈ ਨਾ? ਕੱਟਾ ਹੈ। ਠੀਕ ਹੈ ਜੀ, ਦੇਖ ਸਕਦੇ ਆ ਕਿਸਾਨ ਵੀਰੋ ਤੁਸੀਂ, ਸਾਰੇ ਪਸ਼ੂ ਸ਼ੌਂਕ ਨਾਲ ਰੱਖੇ ਹੋਏ ਆ ਬਾਈ ਜੀ ਹੋਰਾਂ ਨੇ। ਤੇ ਜਿਹੜੀ ਬੂਰੀ ਮੱਝ ਆ ਇਹ ਇਹਨਾਂ ਨੇ ਵੇਚਣੀ ਹੈ, 1 ਮਹੀਨਾ ਤੇ 10 ਦਿਨ ਬਾਈ ਜੀ ਹੋਰੀ ਕਹਿੰਦੇ ਇਹਦੇ ਸੂਣ ਦੇ ਵਿੱਚ ਰਹਿੰਦੇ ਆ। ਜੇ ਕੋਈ ਬੂਰੀ ਦਾ ਸ਼ਕੀਨ ਵੀਰ ਹੁਣ ਖਰੀਦਣੀ ਚਾਹੁੰਦਾ ਤਾਂ ਬਾਈ ਜੀ ਹੋਰੀ ਹੁਣ ਵੀ ਸੇਲ ਕਰ ਦੇਣਗੇ, ਤੇ ਜੇ ਕੋਈ ਤਿਆਰ ਹੋਈ ਉਦੋਂ ਖਰੀਦਣੀ ਆ ਤਾਂ ਉਦੋਂ ਤੱਕ ਜੇ ਹੋਈ ਤਾਂ ਉਦੋਂ ਬਾਈ ਜੀ ਹੋਰੀ ਕਹਿੰਦੇ ਵੀ ਦੁੱਧ ਅਸੀਂ 16 ਲੀਟਰ ਚਵਾ ਕੇ ਵੀ ਦੇ ਸਕਦੇ ਹਾਂ। ਬਾਕੀ ਸਾਰੇ ਪਸ਼ੂਆਂ ਥੱਲੇ ਬਾਈ ਜੀ ਹੋਰੀ ਮੈਟ ਵਿਛਾ ਕੇ ਰੱਖਦੇ ਆ, ਥੋੜ੍ਹੇ ਪਸ਼ੂ ਆ ਪਰ ਸ਼ੌਂਕ ਨਾਲ ਰੱਖੇ ਹੋਏ ਆ, ਤੁਸੀਂ ਦੇਖ ਸਕਦੇ ਆ। ਪਹਿਲਾਂ ਝੋਟੀ ਕਿਸਾਨ ਵੀਰੋ ਜਿਹੜੀ ਬਾਈ ਜੀ ਹੋਰੀ ਹਰਿਆਣੇ ਤੋਂ ਲੈ ਕੇ ਆਏ ਆ ਉਹ ਦੇਖ ਸਕਦੇ ਆ ਤੁਸੀਂ, ਹੁਣ ਤਾਂ ਮਿਲਕਿੰਗ ਇਹਦੀ ਹੋਈ ਵੀ ਹੈ, ਬਹੁਤ ਸੋਹਣਾ ਥਾਨ ਲੇਵਾ ਇਹਦਾ, 14 ਲੀਟਰ ਦੁੱਧ ਤਿਆਰ ਹੈ। ਵੀਰ ਜੀ ਬਾਈ ਜੀ ਹੋਰਾਂ ਦਾ ਮੋਬਾਈਲ ਨੰਬਰ ਬੋਲੋ ਕਿੰਨਾ? 95692 95 600 92 97 15 97 15। ਤੇ ਪਿੰਡ ਤਾਂ ਆਪਣਾ ਉਹੀ ਸਿੱਖ ਵਾਲਾ ਪਿੰਡ ਆ? ਠੀਕ ਹੈ ਵੀਰ ਜੀ, ਲੰਬੀ ਕੋਲ ਜਿਹੜਾ ਪੈਂਦਾ, ਆਪਾਂ ਪਹਿਲਾਂ ਵੀ ਵੀਡੀਓ ਯੂਟਿਊਬ ਚੈਨਲ ਤੇ ਪਾਈਆਂ, ਉਹਨਾਂ 'ਚ ਤੁਸੀਂ ਦੇਖਿਆ ਹੋਊਗਾ, ਸੁਣਿਆ, ਐਡਰੈਸ ਸਾਰਾ ਬਾਈ ਜੀ ਹੋਰਾਂ ਨੇ ਦੱਸਿਆ ਵੇ। ਠੀਕ ਹੈ ਕਿਸਾਨ ਵੀਰੋ, ਜੇ ਕੋਈ ਸ਼ਕੀਨ ਵੀਰ ਖਰੀਦਣੀ ਚਾਹੁੰਦਾ ਇਹ ਬੂਰੀ ਮੱਝ ਤਾਂ ਬਾਈ ਜੀ ਹੋਰਾਂ ਨਾਲ ਸੰਪਰਕ ਕਰ ਲਏ, ਰੇਟ ਬਾਈ ਜੀ ਹੋਰੀ ਕਹਿੰਦੇ ਅਸੀਂ ਮੌਕੇ 'ਤੇ ਹੀ ਦੱਸਾਂਗੇ, ਬਾਕੀ ਜਦੋਂ ਇਹ ਤਿਆਰ ਹੋ ਜੂਗੀ ਤਾਂ ਉਦੋਂ ਰੇਟ ਦਾ ਫਰਕ ਹੋਊਗਾ। ਦੁੱਧ ਬਾਈ ਜੀ ਹੋਰੀ ਕਹਿੰਦੇ ਵੀ 16 ਲੀਟਰ ਅਸੀਂ ਚਵਾ ਕੇ ਦੇਵਾਂਗੇ ਜੇ ਉਦੋਂ ਕੋਈ ਖਰੀਦਣੀ ਚਾਹੁੰਦਾ ਤਾਂ। ਕਾਫੀ ਸੋਹਣਾ ਆਰਡਰ ਬਣਾਊਗੀ ਇਹ, ਕਾਫੀ ਢਿੱਲਾ ਆਰਡਰ ਦੇ ਵਿੱਚ, ਹਜੇ ਦੁੱਧ ਲਾਉਣਾ ਸ਼ੁਰੂ ਕੀਤਾ ਨੀਗਾ, ਟਾਈਮ ਕਾਫੀ ਪਿਆ ਇਹਦਾ। ਧੰਨਵਾਦ ਕਿਸਾਨ ਵੀਰੋ ਵੀਡੀਓ ਦੇਖਣ ਲਈ, ਕੱਲ੍ਹ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ।